ਮੂੰਹ ਮੱਥੇ ਲੱਗਦੇ ਨੇ ਅਤੇ ਮਾਂ ਬਾਪ ਮੂੰਹ ਮੱਥਾ ਵੇਖ ਕੇ ਰਿਸ਼ਤਾ ਕਰ ਦਿੰਦੇ ਨੇ ਅਤੇ ਫਿਰ ਉਹ ਮੂੰਹ 'ਚ ਵੀ ਲੱਗਦਾ ਅਤੇ ਉਹ ਮੱਥੇ 'ਤੇ ਵੀ ਲੱਗਦਾ। ਬਹੁਤ ਵਾਰੀ ਮਾਂ ਬਾਪ ਜਿਹੜੇ ਨੇ ਮਾਂ ਬਾਪ ਹਮੇਸ਼ਾ ਅੱਛੇ ਲਈ ਸੋਚਦੇ ਨੇ, ਇਹ ਪੱਕੀ ਗੱਲ ਹੈ। ਕੋਈ ਮਾਂ ਬਾਪ ਆਪਣੇ ਔਲਾਦ ਦਾ ਬੁਰਾ ਨਹੀਂ ਚਾਹੁੰਦੀ, ਕੋਈ ਮਾਂ ਬਾਪ ਔਲਾਦ ਦਾ ਬੁਰਾ ਨਹੀਂ ਚਾਹੁੰਦੀ, ਉਹਨਾਂ ਨੇ ਅੱਛਾ ਹੋਵੇ। ਉਹ ਆਪਣੀ ਅਕਲ ਦੇ ਮੁਤਾਬਿਕ, ਆਪਣੀ ਫਹਿਮ ਦੇ ਮੁਤਾਬਿਕ ਅੱਛਾ ਸੋਚਦੇ ਨੇ। ਲੇਕਿਨ ਅੱਜ ਜਿਹੜਾ ਕਲਾਮ ਦੇ ਵਿੱਚੋਂ ਪਹਿਲਾ ਫੈਸਲਾ ਸਾਦਰ ਹੋਇਆ, ਮੂੰਹ ਮੱਥੇ ਨਹੀਂ। ਇਹ ਦਰਖਤ ਜਿਹੜਾ ਸੀ ਨਾ, ਮੂੰਹ ਮੱਥੇ ਚੰਗਾ ਲੱਗਿਆ ਸੀ ਹਵਾ ਦੇ, ਦੇਖਣੇ ਮੇਂ ਖੁਸ਼ਨਮਾ ਔਰ ਖਾਣੇ ਮੇਂ, ਇਹ ਜੇ ਮੂੰਹ ਮੱਥੇ ਲੱਗਣਾ, ਵੇਖਣ 'ਚ ਵੀ ਚੰਗਾ ਅਤੇ ਲੱਗਦਾ ਤਾਂ ਮਜ਼ਾ ਵੀ ਅੱਛਾ ਹੋਏਗਾ, ਟੇਸਟ ਵੀ ਅੱਛਾ ਹੋਏਗਾ। ਜ਼ਾਰ ਉਹਦਾ ਬਾਤਨ ਕੀ ਹੈ, ਉਹ ਲੜਕੇ ਦਾ ਕਿਰਦਾਰ ਕੀ ਹੈ, ਮੁੰਡਾ ਸੋਹਣਾ ਜੀ, ਉਹਦੀ ਸੂਰਤ ਵੇਖੀ ਹੈ ਪਰ ਉਹਦੀ ਸੀਰਤ ਨਹੀਂ ਵੇਖੀ। ਸੂਰਤ 'ਤੇ ਫੈਸਲਾ ਕਰ ਦਿੱਤਾ, ਸੀਰਤ 'ਤੇ ਫੈਸਲਾ ਨਹੀਂ ਕੀਤਾ। ਅਤੇ ਮੈਂ ਦੋਵਾਂ ਪਾਸੇ ਕਹਾਂਗਾ, ਸਿਰਫ ਮੁੰਡੇ ਦੀ ਗੱਲ ਨਹੀਂ ਹੈ, ਸਿਰਫ ਬੇਟੇ ਦੀ ਗੱਲ ਨਹੀਂ, ਬੇਟੀ ਦੀ ਗੱਲ ਵੀ ਹੈ। ਸੂਰਤ ਵੀ ਅਤੇ ਸੀਰਤ ਵੀ, ਜ਼ਾਰ ਵੀ ਅਤੇ ਬਾਤਨ ਵੀ। ਫੈਸਲਾ ਸਮਝਾਉਣ ਦੀ ਖਾਤਰ ਇਹ ਮਿਸਾਲ ਲੈ ਲਈਏ, ਜ਼ਾਰ ਵੀ ਅਤੇ ਬਾਤਨ ਵੀ। ਮੈਂ ਨਹੀਂ ਕਹਿੰਦਾ ਕਿ ਜ਼ਾਰ ਨਹੀਂ ਵੇਖਣਾ ਚਾਹੀਦਾ, ਨਹੀਂ, ਜ਼ਾਰ ਵੀ ਠੀਕ ਹੋਣਾ ਚਾਹੀਦਾ, ਲੇਕਿਨ ਬਾਤਨ ਦੀਦੀ ਸੂਰਤ ਨਹੀਂ, ਸੀਰਤ ਵੀ। ਫਿਰ ਅਸੀਂ ਕਹਿੰਦੇ ਹਾਂ ਮੁੰਡਾ ਬਹੁਤ ਸੋਹਣਾ ਜੀ, ਅਤੇ ਕੰਮ ਕੀ ਕਰਦਾ? ਹਾਲੇ ਕੁਝ ਨਹੀਂ ਕਰਦਾ। ਅਤੇ ਇਹਨੇ ਕਰਨਾ ਵੀ ਕੁਝ ਨਹੀਂ ਜੇ, ਜਿਹੜਾ ਵਿਆਹ ਤੱਕ ਨਹੀਂ ਕੁਝ ਕਰ ਪਾਇਆ, ਇਹਨੇ ਗਾਂਹ ਵੀ ਕੁਝ ਨਹੀਂ ਕਰਨਾ। ਫੈਸਲੇ ਕਰਨ ਲੱਗਿਆ, ਫੈਸਲੇ ਕਰਨ ਲੱਗਿਆ। ਮੈਂ ਅੱਜ ਵਾਲਦਿਆਂ ਨੂੰ ਦਰਖਾਸਤ ਕਰਨਾ ਵਾਂ, ਜ਼ਰੂਰ ਵਾਲਦਿਆਂ ਨੂੰ ਕਿ ਹਰ ਇੱਕ ਨੌਜਵਾਨ ਨੂੰ ਵੀ, ਕੋਈ ਵੀ ਜ਼ਿੰਦਗੀ ਦਾ ਫੈਸਲਾ ਕਰੋ, ਜ਼ਰੂਰ ਤਿੰਨ ਚਾਰ ਚੀਜ਼ਾਂ ਦਾ ਖਿਆਲ ਰੱਖਣਾ। ਨੰਬਰ ਵਨ, ਕਦੀ ਇਕੱਲਿਆਂ ਫੈਸਲਾ ਨਾ ਕਰਿਓ। ਮੇਰਾ ਤੁਹਾਨੂੰ ਪਤਾ ਹਵਾ ਨੇ ਬਾਗੀ ਅਦਨ 'ਚ ਸਿਰਫ ਹਵਾ ਨੇ ਫੈਸਲਾ ਕੀਤਾ, ਇਕੱਲੀ ਨੇ, ਆਦਮ ਤਾਂ ਬਾਅਦ 'ਚ ਆਇਆ। ਅਗਰ ਤਰਤੀਬ ਦੇਖੋ ਤਾਂ ਔਰਤ ਨੇ ਪਹਿਲਾਂ ਖਾ ਲਿਆ ਸੀ ਅਤੇ ਫਿਰ ਆਦਮ ਨੂੰ ਦਿੱਤਾ ਹੈ। ਗੱਲ ਇਹ, ਅਗਰ ਆਦਮ ਦੇ ਨਾਲ ਥੋੜ੍ਹੀ ਜਿਹੀ ਗੱਲਬਾਤ ਹੋ ਜਾਂਦੀ ਕਿ ਯਾਰ ਖਾ ਨਾ ਲਈਏ, ਤਾਂ ਸ਼ਾਇਦ ਆਦਮ ਕੋਈ ਹੋਰ ਮਸ਼ਵਰਾ ਦੇ ਦਿੰਦਾ। ਜ਼ਿੰਦਗੀ 'ਚ ਮਸ਼ਵਰਾ ਅਕਲਮੰਦੀ ਦਾ ਨਿਸ਼ਾਨ ਹੈ। ਕਦੀ ਕੋਈ ਫੈਸਲਾ ਇਕੱਲੇ ਨਾ ਕਰੋ, ਆਮੀਨ। ਖਾਸ ਕਰ ਆਪਣੇ ਬੱਚਿਆਂ ਦੇ, ਰਿਸ਼ਤਿਆਂ ਦੇ ਫੈਸਲਾ ਕਦੀ ਇਕੱਲਿਆਂ ਨਾ ਕਰੋ। ਪੁੱਛ ਲੈਣਾ ਬਹੁਤ ਅੱਛਾ ਹੈ, ਇਨਫੋਰਮੇਸ਼ਨ ਲੈ ਲੈਣਾ ਕੋਈ ਬੁਰਾਈ ਨਹੀਂ, ਰਿਸ਼ਤੇਦਾਰਾਂ ਨੂੰ ਪੁੱਛ ਲੈਣਾ, ਜਾਣ ਪਹਿਚਾਣਾਂ ਨੂੰ ਪੁੱਛ ਲੈਣਾ, ਮੁਹੱਲੇ 'ਚੋਂ ਪੁੱਛ ਲੈਣਾ, ਕੋਈ ਬੁਰਾਈ ਨਹੀਂ, ਮਸ਼ਵਰਾ ਲੈਣਾ ਕੋਈ ਬੁਰਾਈ ਨਹੀਂ। ਬਲਕਿ ਪਾਕ ਕਲਾਮ, ਖਾਸ ਕਰ ਇਮਸਾਲ ਦੀ ਕਿਤਾਬ, ਯਸ਼ੂ ਬਿਨ ਸਰਾਖ ਹਿਕਮਤ ਦੀ ਕਿਤਾਬ ਭਰੀ ਪਈ ਹੈ ਕਿ ਤੂੰ ਆਪਣੇ ਸਾਰੇ ਮਾਮਲਾਤ ਮੇਂ ਮਸ਼ਵਰਾ ਕਰ। ਅਸੀਂ ਆਕੜ 'ਚ ਕੀ ਕਹਿੰਦੇ ਹਾਂ, ਅਸੀਂ ਉਹਨਾਂ ਨੂੰ ਕਿਉਂ ਪੁੱਛੀਏ, ਸਾਨੂੰ ਨਹੀਂ ਪਤਾ, ਹਾਂ ਦੁਨੀਆ ਨਹੀਂ ਵੇਖੀ। ਮਸ਼ਵਰਾ ਕਰਨਾ ਅਕਲਮੰਦੀ ਹੈ, ਪੁੱਛ ਲੈਣਾ, ਤਫਤੀਸ਼ ਕਰ ਲੈਣਾ, ਅੱਛਾ ਬੁਰਾ ਤੋਲ ਲੈਣਾ ਪਹਿਲੇ, ਕੋਈ ਫੈਸਲਾ ਕਰਨ ਤੋਂ ਪਹਿਲੇ ਅੱਛਾ ਬੁਰਾ ਤੋਲ ਲੈਣਾ, ਉਹਦੀ ਇਨਫੋਰਮੇਸ਼ਨ ਲੈਣਾ ਬਹੁਤ ਅਹਿਮ ਹੈ ਜ਼ਿੰਦਗੀ ਦਾ ਫੈਸਲਾ ਕਰਨ ਤੋਂ ਪਹਿਲਾਂ। ਇਹ ਬਹੁਤ ਸਾਰੇ ਸਟੂਡੈਂਟ ਨੇ ਜ਼ਿੰਦਗੀ ਦਾ ਫੈਸਲਾ ਕਰਨ ਤੋਂ ਪਹਿਲਾਂ ਕੋਈ ਨਹੀਂ ਤੋਲਦੇ ਤੋਲਦੇ, ਛੇਤੀ ਨਾਲ ਕਹਿ ਦਿੰਦੇ ਮੈਂ ਸਾਇੰਸ ਹੀ ਪੜ੍ਹਨੀ ਹੈ, ਅੱਠਵੀਂ ਪਾਸ ਕਰਦੇ ਨੇ, ਨਹੀਂ ਮੈਂ ਸਾਇੰਸ ਹੀ ਪੜ੍ਹਨੀ ਹੈ, ਉਹ ਸਾਇੰਸ 'ਚ ਹੈ ਕੀ ਹੈ, ਨਹੀਂ ਮੈਂ ਸਾਇੰਸ ਹੀ ਪੜ੍ਹਨੀ ਹੈ, ਅਤੇ ਫਿਰ ਇਹ ਸਾਇੰਸ ਦਾਵੀ ਤੋਂ ਗਾਂਹ ਹੁੰਦੀ ਨਹੀਂ ਹੈ, ਕਿਉਂਕਿ ਇਹਨਾਂ ਨੇ ਪਤਾ ਨਹੀਂ ਕੀਤਾ ਕਿ ਮੈਥ ਤਾਂ ਮੈਨੂੰ ਆਉਂਦਾ ਕੋਈ ਨਹੀਂ, ਹਾਂਜੀ ਫਿਜ਼ਿਕਸ ਤਾਂ ਆਉਂਦੀ ਕੋਈ ਨਹੀਂ, ਅਤੇ ਕਾਹਦੇ ਨਾਲ ਸਾਇੰਸ ਪੜ੍ਹਨੀ ਹੈ।